ਕਿਵੇਂ ਹੋ ਜੀ? ਸਵਾਗਤ ਹੈ ਜੀ ਮੇਰੇ ਚੈਨਲ ਤੇ ਤੁਹਾਡੇ ਸਾਰਿਆਂ ਦਾ ਜੀ। ਹਾਂਜੀ ਵੀਰੇ, ਨਾ ਇੱਕ ਅਪਡੇਟ ਲੈ ਕੇ ਆਇਆ ਜੀ ਤੁਹਾਨੂੰ। ਜਿਵੇਂ ਪਤਾ ਹੀ ਹੈ ਕਿ ਜਿਹੜੇ ਜਿਹੜੇ ਵੀਰ ਦੀ ਰੀਪੇਅਰ ਜਾਂ ਕੰਪਾਰਟਮੈਂਟ ਆਈ ਸੀ, ਉਹਨਾਂ ਦੇ ਫਾਰਮਸ ਆ ਚੁੱਕੇ ਨੇ ਜੀ। ਤੇ ਤੁਸੀਂ ਇਹ ਫਾਰਮ ਮਤਲਬ ਆਨਲਾਈਨ ਵੀ ਭਰ ਸਕਦੇ ਹੋ ਜਾਂ ਤੁਸੀਂ ਕਿਸੇ ਮਤਲਬ ਕੰਪਿਊਟਰ ਸੈਂਟਰ ਤੇ ਜਾ ਕੇ ਉੱਥੇ ਉਹਨਾਂ ਦੁਆਰਾ ਵੀ ਭਰਵਾ ਸਕਦੇ ਨੇ ਜੀ। ਮੈਂ ਤੁਹਾਨੂੰ ਦੱਸ ਦਿੰਦਾ, ਆਹ ਦੇਖੋ ਜੀ PSB ਦੀ ਜਿਹੜੀ ਵੈਬਸਾਈਟ ਹੈ ਜੀ, ਉੱਥੇ ਆਹ ਦੇਖੋ ਜੀ, ਰੀਚੈਕਿੰਗ ਰੀਵੈਲਿਊਏਸ਼ਨ ਆਫ ਸੀਨੀਅਰ ਸੈਕੰਡਰੀ ਐਗਜ਼ਾਮੀਨੇਸ਼ਨ ਮਾਰਚ ਐਗਜ਼ਾਮੀਨੇਸ਼ਨ 2019। ਹਾਂਜੀ ਆਹ ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਜੀ, ਰੀਚੈਕਿੰਗ ਦਾ ਮਤਲਬ ਆ ਗਿਆ ਬਾਈ। ਅਤੇ ਬਾਕੀ ਤੁਸੀਂ ਇਹ ਜਿਹੜਾ ਜੀ ਫੋਰਮ ਆ ਜੀ, ਬਾਕੀ ਤੁਸੀਂ ਆਪਣੇ ਜੀ ਕੋਈ ਕੰਪਿਊਟਰ ਸੈਂਟਰ ਦੇ ਵਿੱਚ ਜਾ ਕੇ ਜਾਂ ਤਾਂ ਤੁਸੀਂ ਖੁਦ ਵੀ ਭਰ ਸਕਦੇ ਹੋ। ਅਗਰ ਜੇਕਰ ਤੁਹਾਨੂੰ ਨਹੀਂ ਆਉਂਦਾ ਇਹ ਭਰਨਾ, ਤਾਂ ਤੁਸੀਂ ਆਪਣੇ ਮਤਲਬ ਕੰਪਿਊਟਰ ਸੈਂਟਰ ਤੇ ਜਾਓ ਜੀ, ਕਿਤੇ ਵੀ ਮਤਲਬ ਤੁਹਾਡੇ ਨੇੜੇ ਤੇੜੇ ਕੋਈ ਵੀ ਹੋਊਗਾ, ਉੱਥੇ ਜਾ ਕੇ ਤੁਸੀਂ ਆਹ ਫੋਰਮ ਆਰਾਮ ਨਾਲ ਭਰਵਾ ਸਕਦੇ ਹੋ ਜੀ। ਬਾਕੀ ਤੇ ਬਾਕੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ। ਤੇ ਅਗਰ ਤੁਸੀਂ ਖੁਦ ਭਰਨਾ ਚਾਹੁੰਦੇ ਹੋ ਤਾਂ ਜੀ ਤੁਸੀਂ ਮਤਲਬ ਜਿਹਨੂੰ ਨੌਲੇਜ ਹੈਗੀ ਹੈ ਜੀ ਮਤਲਬ ਇਹਦੇ ਬਾਰੇ ਕੁਛ ਵੀ, ਜਾਂ ਤੁਹਾਡੇ ਬ੍ਰਦਰ ਸਿਸਟਰ ਨੇ ਜਾਂ ਕੋਈ ਵੀ ਅਗਰ ਜੇਕਰ ਤੁਹਾਨੂੰ ਵੀ ਆਉਂਦਾ ਜੀ, ਤਾਂ ਤੁਸੀਂ ਵੀ ਭਰ ਸਕਦੇ ਹੋ ਜੀ। ਬਾਕੀ ਇੱਥੇ ਤੁਸੀਂ ਆਪਣਾ ਲਿੰਕ 'ਤੇ ਕਲਿੱਕ ਕਰਕੇ ਜੀ ਇੱਥੇ ਤੁਸੀਂ ਆਪਣਾ ਭਰ ਸਕਦੇ ਹੋ ਜੀ। ਜਿਨ੍ਹਾਂ ਨੇ ਪਹਿਲਾਂ ਹੀ ਕਰਾ ਲਿਆ ਜੀ ਆਪਣਾ ਮਤਲਬ ਰਜਿਸਟਰ ਕਰ ਲਿਆ ਵਾ, ਉਹ ਤਾਂ ਇੱਥੇ ਮਤਲਬ ਆਪਣਾ ਰੈਫਰੈਂਸ ਨੰਬਰ ਭਰ ਕੇ ਅਤੇ ਰੋਲ ਨੰਬਰ ਭਰ ਕੇ ਆਪਣੇ ਮਤਲਬ ਐਡਮਿਟ ਕਾਰਡ ਕਦ ਆਉਣਾ ਉਹਦੇ ਬਾਰੇ ਮਤਲਬ ਅਪਡੇਟ ਪਾ ਸਕਦੇ ਨੇ। ਬਾਕੀ ਜੇਕਰ ਤੁਸੀਂ ਹਜੇ ਨਵੇਂ ਹੋ ਜੀ, ਅਤੇ ਬਾਕੀ ਤੁਹਾਨੂੰ ਹਜੇ ਰਜਿਸਟਰ ਕਰਾਉਣਾ ਜਾਂ ਰੀਚੈਕਿੰਗ ਲਈ, ਤਾਂ ਤੁਸੀਂ ਨਿਊ ਕਲਿੱਕ ਹੇਅਰ 'ਤੇ ਮਤਲਬ ਕਲਿੱਕ ਕਰਕੇ ਤੁਸੀਂ ਆਪਣਾ ਦੇਖ ਲੈਣਾ ਬਾਈ। ਬਾਕੀ ਇੱਥੇ ਮਤਲਬ ਆਹ ਲਿਖਿਆ ਹੋਣਗੀਆਂ ਜੀ ਕਿਵੇਂ ਕਿਵੇਂ ਕਰਨਾ ਜੀ, ਕਿਵੇਂ ਕਿਹੜੀ ਤਰੀਕ ਆ, ਕਿੰਨੇ ਪੈਸੇ ਲੱਗਣਗੇ, ਆਹ ਸਾਰਾ ਕੁਛ ਮਤਲਬ ਲਿਖਿਆ ਹੋਊਗਾ ਜੀ। ਅਤੇ ਤੁਸੀਂ ਇੱਥੇ ਮਤਲਬ ਦੇਖ ਸਕਦੇ ਹੋ ਜੀ ਕਿਵੇਂ, ਆਹ ਦੇਖੋ ਜੀ ਕਿਹੜੀ ਕਲਾਸ ਦਾ ਵਾ, ਕਿਹੜੇ ਟਾਈਪ ਆ ਜੀ, ਈਮੇਲ ID, ਮੋਬਾਈਲ ਨੰਬਰ, ਸੈਸ਼ਨ ਕਿਹੜਾ ਬਾਈ, ਅਤੇ ਬਾਕੀ ਆਹ ਹਦਾਇਤਾਂ ਲਿਖੀਆਂ ਨੇ, ਆਹ ਤੁਸੀਂ ਪੜ੍ਹ ਸਕਦੇ ਹੋ ਜੀ। ਬਾਕੀ ਮੈਂ ਤੁਹਾਨੂੰ ਐਡਵਾਈਸ ਦਊਂਗਾ ਜੀ, ਤੁਸੀਂ ਆਪ ਮਤਲਬ ਜੇਕਰ ਨਹੀਂ ਨੌਲੇਜ ਹੈਗੀ ਤਾਂ ਜੀ ਵੀਰੇ ਤੁਸੀਂ ਆਪਣੇ ਮਤਲਬ ਕੋਈ ਵੀ ਕੰਪਿਊਟਰ ਸੈਂਟਰ 'ਤੇ ਜਾ ਕੇ ਜੀ ਉੱਥੋਂ ਫੋਰਮ ਭਰਵਾ ਸਕਦੇ ਹੋ ਜੀ। ਅਤੇ ਬਾਕੀ ਹੁਣ ਵੀਰੇ ਹੁਣ ਦੇਖ ਸਕਦੇ ਹੋ ਜੀ, ਜਿਵੇਂ ਜਿਵੇਂ ਹੁਣ ਮਤਲਬ ਵੈਬਸਾਈਟ 'ਤੇ ਪਾਇਆ ਸੀਗਾ ਜੀ ਮੈਂ, ਉਵੇਂ ਮੈਂ ਤੁਹਾਨੂੰ ਦੱਸਤਾ ਜੀ। ਬਾਕੀ ਹੁਣ ਜਿਹੜੇ ਵੀਰ ਦੀ ਮਤਲਬ ਰੀਪੇਅਰ ਆਈ ਹੈ, ਕੰਪਾਰਟਮੈਂਟ ਆਈ ਹੈ, ਉਹ ਆਪਣਾ ਫੋਰਮ ਭਰਵਾ ਲੈਣ ਜਲਦੀ ਤੋਂ ਜਲਦੀ। ਅਤੇ ਜੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਬਾਕੀ ਹੁਣ ਤੁਸੀਂ ਜਲਦੀ ਤੋਂ ਜਲਦੀ ਆਪਣਾ ਜਿਹੜੇ ਫੋਰਮ ਭਰਵਾ ਲਓ, ਅਤੇ ਵਧੀਆ ਤਿਆਰੀ ਕਰੋ ਜੀ, ਅਤੇ ਪੇਪਰ ਨੂੰ ਮਤਲਬ ਵਧੀਆ ਤੋਂ ਪੜ੍ਹੋ ਜੀ, ਸਾਰੇ ਜਿਹੜੇ ਵੀ ਸਬਜੈਕਟ 'ਚ ਰੀਪੇਅਰ ਆਈ ਹੈ ਜਾਂ ਕੰਪਾਰਟਮੈਂਟ ਆਈ ਹੈ ਜੀ। ਅਤੇ ਬਾਕੀ ਹਜੇ ਤੁਸੀਂ ਮੈਂ ਆਹ ਰੀਚੈਕਿੰਗ ਦਾ ਭਾਅ ਜੀ, ਅਤੇ ਰੀਵੈਲਿਊਏਸ਼ਨ ਦਾ ਮਤਲਬ ਹੁੰਦਾ ਦਵਾਈ, ਅਤੇ ਰੀਚੈਕਿੰਗ ਦਾ ਹੁੰਦਾ ਮਤਲਬ ਤੁਸੀਂ ਆਪਣਾ ਮਤਲਬ ਪੇਪਰ ਦੁਬਾਰਾ ਚੈੱਕ ਕਰਵਾਉਣਾ ਚਾਹੁੰਦੇ ਹੋ, ਅਤੇ ਰੀਵੈਲਿਊਏਸ਼ਨ ਦਾ ਹੁੰਦਾ ਕਿ ਮਤਲਬ ਤੁਸੀਂ ਆਪਣਾ ਮਤਲਬ ਕੁਛ ਵੀ ਮਤਲਬ ਜਿਹੜਾ ਗਲਤ ਹੋ ਗਿਆ ਵਾ ਉਹਨੂੰ ਮਤਲਬ ਤੁਸੀਂ ਦੁਬਾਰਾ ਕਰ ਸਕਦੇ ਹੋ ਜੀ ਪੇਪਰ ਨੂੰ, ਰੀਵੈਲਿਊਏਸ਼ਨ ਦਾ ਮਤਲਬ ਇਹ ਹੁੰਦਾ ਵਾ। ਅਤੇ ਰੀਚੈਕਿੰਗ ਦਾ ਤੁਹਾਨੂੰ ਪਤਾ ਹੀ ਹੈ ਜੀ, ਮਤਲਬ ਤੁਹਾਡਾ ਬੋਰਡ ਵੱਲੋਂ ਮਤਲਬ ਇਹਦਾ ਰਿਜ਼ਲਟ ਵੀ ਆਊਗਾ ਅਲੱਗ ਤੋਂ ਰੀਚੈਕਿੰਗ ਵਾਲੇ ਦਾ। ਅਤੇ ਬਾਕੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਅਤੇ ਫੋਰਮਸ ਆ ਚੁੱਕੇ ਨੇ ਜੀ, ਅਤੇ ਜਿਹੜੇ ਵੀਰ ਦੀ ਮਤਲਬ ਕੰਪਾਰਟਮੈਂਟ ਜਾਂ ਰੀਪੇਅਰ ਹੈਗੀ ਹੈ ਜੀ, ਉਹ ਦੇਖ ਉਹ ਕਰਕੇ ਕਰ ਸਕਦੇ ਨੇ ਜੀ ਆਹ। ਅਤੇ ਬਾਕੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਬਾਕੀ ਸਾਡੇ ਨਾਲ ਜੁੜੇ ਰਹੋ ਜੀ, ਅਤੇ ਜੀ ਜੇਕਰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ, ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਜੀ। ਅਤੇ ਬਾਕੀ ਜੀ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਜੀ, ਧੰਨਵਾਦ।